ਗੁਰੂ ਪਿਆਰੀ ਸਤਿਗੁਰ ਦੀ ਸਾਜੀ ਨਿਵਾਜੀ ਧੰਨ ਧੰਨ ਜਗਤ ਪਿਤਾ ਸਤਿਗੁਰ ਰਵਿਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਜੁੜ ਬੈਠੇ ਸਾਧ ਸੰਗਤ ਜੀਓ, ਜੈ ਗੁਰਦੇਵ, ਧੰਨ ਗੁਰਦੇਵ। ਧੰਨ ਧੰਨ ਜਗਤ ਪਿਤਾ ਸਤਿਗੁਰ ਰਵਿਦਾਸ ਮਹਾਰਾਜ ਜੀ ਅਪਾਰ ਅਪਾਰ ਕਿਰਪਾ ਕਰਦੇ ਹਨ, ਜੋ ਸਾਨੂੰ ਪਾਵਨ ਪਵਿੱਤਰ ਅੰਮ੍ਰਿਤ ਬਾਣੀ ਦੇ ਨਾਲ ਜੋੜਦੇ ਹਨ। ਔਰ ਅੱਜ ਦੇ ਸ਼ਬਦ ਵਿੱਚ ਵੀ ਸਾਨੂੰ ਇਹ ਸਮਝਾਉਂਦੇ ਹਨ, ਉਦਾਹਰਨ ਦੇ ਕੇ ਸਮਝਾਉਂਦੇ ਹਨ। ਇੱਕ ਨੇ ਬਹੁਤ ਉਦਾਹਰਨਾਂ ਇਸ ਸ਼ਬਦ ਵਿੱਚ ਦੇ ਰਹੇ ਹਨ ਔਰ ਸਮਝਾ ਰਹੇ ਹਨ ਕਿ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੀਵ ਦਾ ਜਿਹੜਾ ਜਿਉਣਾ ਹੈ ਉਹ ਕਿਸੇ ਪੰਛੀ ਦੇ, ਜਿਵੇਂ ਪੰਛੀ ਨਾ ਦੇ ਜਿਹੜੇ ਪਰ ਆ ਉਹ ਨਾ ਹੋਣ ਦੇ ਬਰਾਬਰ ਹੋ ਜਾਂਦਾ ਹੈ। ਤ੍ਰਿਗ ਤ੍ਰਿਗ ਜੀਵਨ ਰਾਜੇ ਰਾਮ ਬਿਨਾਂ ਟੇਕ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਪ੍ਰਭੂ ਪਾਤਸ਼ਾਹ ਪਰਮਾਤਮਾ ਤੋਂ ਬਿਨਾਂ ਜੀਵ ਦੇ ਜੀਵਨ 'ਤੇ ਦਿਰਕਾਰ ਹੈ। ਆਪਾਂ ਕਈ ਵਾਰ ਕਹਿ ਦਿੰਦੇ ਨੇ ਕਿ ਲਾਨਤ ਹੈ ਐਸੇ ਜੀਵਨ 'ਤੇ, ਅਤੇ ਸਤਿਗੁਰੂ ਜੀ ਕਹਿੰਦੇ ਦਿਰਕਾਰ ਹੈ ਐਸੇ ਜੀਵਨ 'ਤੇ ਜੋ ਜੀਵ ਪਰਮਾਤਮਾ ਦਾ ਨਾਮ ਨਹੀਂ ਜਪਦਾ। ਉਸ ਪਰਮਾਤਮਾ ਤੋਂ ਬਿਨਾਂ ਇਹ ਜੀਵਨ ਸਾਡਾ ਬੇਕਾਰ ਹੈ, ਕਿਉਂਕਿ ਗੁਰੂ ਪਿਆਰੇ ਸਾਧ ਸੰਗਤ ਇਹ ਮਨੁੱਖਾ ਜਨਮ ਜਿਹੜਾ ਅਨਮੋਲ ਜਨਮ ਹੈ, ਇਸਦਾ ਮੁੱਲ ਕੋਈ ਲਾ ਨਹੀਂ ਸਕਦਾ। ਔਰ ਸਤਿਗੁਰੂ ਜੀ ਬਖਸ਼ਿਸ਼ ਕਰਦੇ ਅੱਗੇ ਉਦਾਹਰਨ ਦਿੰਦੇ ਹਨ, ਦੇ ਨੈਣ ਬਿਨ ਚੰਦ ਰੈਨ ਬਿਨ ਜੂ ਮੀਨਾ ਗਹਿਰ ਜਲੇ ਬਿਨਾਂ, ਕਿ ਜਿਵੇਂ ਦੋ ਅੱਖਾਂ ਤੋਂ ਬਿਨਾਂ, ਸਾਡੀਆਂ ਦੋ ਅੱਖਾਂ ਹਨ ਜੋ ਜੇਕਰ ਇਹ ਅੱਖਾਂ ਦੇਖਣ ਯੋਗ ਹੀ ਨਾ ਹੋਣ, ਭਾਵ ਕਿ ਇਹਨਾਂ ਅੱਖਾਂ ਦੇ ਵਿੱਚ ਰੌਸ਼ਨੀ ਨਾ ਹੋਵੇ, ਸਾਨੂੰ ਦਿਸਦਾ ਨਾ ਹੋਵੇ, ਤਾਂ ਸਾਡਾ ਜੂਣਾ ਕਿਹੋ ਜਿਹਾ ਹੋ ਸਕਦਾ ਹੈ ਕਿ ਸਾਡਾ ਅੱਖਾਂ ਤੋਂ ਬਗੈਰ ਜਿਹੜਾ ਜੀਣਾ ਹੈ ਬਹੁਤ ਹੀ ਮੁਸ਼ਕਲ ਹੋਵੇਗਾ। ਕਿਉਂਕਿ ਕਹਿੰਦੇ ਅੱਖਾਂ ਗਈਆਂ ਜਹਾਨ ਗਿਆ, ਦੰਦਾ ਗਿਆ, ਦੰਦ ਗਿਆ ਤਾਂ ਸਵਾਦ ਗਿਆ, ਕਿ ਅੱਖਾਂ ਤੋਂ ਬਗੈਰ ਆਪਾਂ ਜਹਾਨ ਨੂੰ ਦੇਖ ਨਹੀਂ ਸਕਦੇ, ਕੋਈ ਚੀਜ਼ ਆਪਾਂ ਦੇਖ ਨਹੀਂ ਸਕਦੇ, ਕੋਈ ਦੱਸੇਗਾ ਤਾਂ ਫਿਰ ਹੀ ਪਤਾ ਲੱਗੇਗਾ। ਚੰਦ ਰਾਤ ਤੋਂ ਬਿਨਾਂ, ਕਹਿੰਦੇ ਚੰਦਰਮੇ ਦੀ ਜਦੋਂ ਵੈਲਿਊ ਪੈਂਦੀ ਹੈ ਜਾਂ ਉਹਦੀ ਬੁਕਤ ਹੈ, ਉਹ ਰਾਤ ਨੂੰ ਹੀ ਹੁੰਦੀ ਹੈ। ਚੰਦ ਦਿਨੇ ਵੀ ਕਈ ਵਾਰ ਆਪਾਂ ਦੇਖਦੇ ਹਾਂ, ਪਰ ਜਿਹੜਾ ਚੰਦ ਰਾਤ ਨੂੰ ਹੀ ਸੋਹਣਾ ਲੱਗਦਾ ਹੈ, ਉਹਦੀ ਰਾਤ ਤੋਂ ਬਗੈਰ ਚੰਨ ਦੀ ਬੁਕਤ ਨਹੀਂ ਹੈ। ਮੱਛੀ ਗਹਿਰੇ ਪਾਣੀ ਤੋਂ ਬਿਨਾਂ, ਜੇ ਮੱਛੀ ਕਹਿੰਦੇ ਆਮ ਉੱਪਰ ਹੀ ਹੋਵੇ ਪਾਣੀ ਦੇ, ਕਿ ਪਾਣੀ ਗਹਿਰਾ ਨਾ ਹੋਵੇ, ਤਾਂ ਉਸਨੂੰ ਹਰ ਕੋਈ ਫੜ ਕੇ ਮਾਰ ਦੇਵੇਗਾ। ਇਸੇ ਤਰ੍ਹਾਂ ਜੀਵ ਦੀ ਹਾਲਤ ਹੈ
ਕਿ ਉਹ ਪਰਮਾਤਮਾ ਦੇ ਬਿਨਾਂ ਜਿਵੇਂ ਜੀਵਦਾ ਅੱਖਾਂ ਤੋਂ ਬਗੈਰ ਹੈ, ਚੰਦ ਰਾਤ ਤੋਂ ਬਿਨਾਂ ਹੈ, ਮੱਛੀ ਗਹਿਰੇ ਪਾਣੀ ਤੋਂ ਬਿਨਾਂ ਹੈ, ਹਾਥੀ ਸੁੰਡ ਤੋਂ ਬਿਨਾਂ ਹੈ। ਹੁਣ ਜਿਹੜਾ ਹਾਥੀ ਹੈ ਉਹ ਸੁੰਡ ਤੋਂ ਬਿਨਾਂ ਕਿਸੇ ਕੰਮ ਦਾ ਨਹੀਂ ਹੈ। ਨਾ ਤਾਂ ਉਹ ਖਾ ਸਕਦਾ ਕੁਝ, ਨਾ ਉਹ ਪਾਣੀ ਪੀ ਸਕਦਾ। ਪਾਣੀ ਜੇਕਰ ਪੀਵੇਗਾ ਤਾਂ ਸੁੰਡ ਦੇ ਨਾਲ ਹੀ ਪੀ ਸਕਦਾ ਹੈ। ਹਸਤੀ ਸੁੰਡ ਬਿਨ ਪੰਖੀ ਪੰਖ ਬਿਨ, ਕਹਿੰਦੇ ਪੰਛੀ ਜਿਹੜਾ ਹੈ ਉਹ ਜਿਹਦੇ ਪਰ ਹੀ ਨਹੀਂ ਹਨ ਤਾਂ ਫਿਰ ਗੁਰੂ ਪਿਆਰੇ ਸਾਹਿਬ ਸਮਝੋ ਉੱਡ ਨਹੀਂ ਸਕਦਾ, ਉਹ ਆਪਣੀ ਜਾਨ ਨਹੀਂ ਬਚਾ ਸਕਦਾ। ਜਿਵੇਂ ਹਾਥੀ ਸੁੰਡ ਤੋਂ ਬਿਨਾਂ ਆਪਣੀ ਜਾਨ ਬਚਾ ਨਹੀਂ ਸਕਦਾ, ਕਹਿੰਦੇ ਭੁੱਖਾ ਮਰੇਗਾ। ਔਰ ਜੇ ਪੰਖੀ ਦੇ ਪੰਖ ਨਹੀਂ ਹੈ, ਪੰਛੀ ਦੇ ਪੰਖ ਨਹੀਂ ਹਨ ਤਾਂ ਉਹ ਵੀ ਕਹਿੰਦੇ ਮਾਰਿਆ ਜਾਵੇਗਾ। ਮੰਦਰ ਦੀਪਕ ਤੋਂ ਬਿਨਾਂ, ਕਿ ਜੈਸੋ ਮੰਦਰ ਦੀਪ ਬਿਨਾਂ, ਕਿ ਮੰਦਰ ਤਾਂ ਹੀ ਸੋਹਣਾ ਲੱਗਦਾ ਹੈ। ਆਪਾਂ ਦੇਖਦੇ ਨਾ ਮੰਦਰਾਂ ਦੇ ਵਿੱਚ ਦੀਪਕ ਰਾਤ ਨੂੰ ਜਗਦਾ ਤਾਂ ਫਿਰ ਹੀ ਸੋਹਣਾ ਲੱਗਦਾ ਹੈ। ਇਸੇ ਤਰ੍ਹਾਂ ਸਤਿਗੁਰੂ ਜੀ ਕਹਿੰਦੇ ਭਾਈ ਜੀਵ ਦਾ ਜੀਵਨ ਵੀ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹੋ ਜਿਹਾ ਹੈ ਕਿ ਜਿਹੋ ਜਿਹਾ ਜੀਵ ਅੱਖਾਂ ਤੋਂ ਬਿਨਾਂ, ਚੰਦ ਰਾਤ ਤੋਂ ਬਿਨਾਂ, ਮੱਛੀ ਗਹਿਰੇ ਪਾਣੀ ਤੋਂ ਬਿਨਾਂ, ਹਾਥੀ ਸੁੰਡ ਤੋਂ ਬਿਨਾਂ, ਪੰਖੀ ਪੰਖ ਤੋਂ ਬਿਨਾਂ, ਮੰਦਰ ਦੀਪਕ ਤੋਂ ਬਿਨਾਂ, ਅਤੇ ਜੀਵ ਦੀ ਵੀ ਹਾਲਤ ਇਹੋ ਜਿਹੀ ਹੈ ਕਿ ਭਾਈ ਜੇਕਰ ਪਰਮਾਤਮਾ ਦਾ ਜੀਵ ਨਾਮ ਨਹੀਂ ਜਪਦਾ ਤਾਂ ਇਹਦਾ ਜੀਵਨ ਵੀ ਬੇਕਾਰ ਹੈ। ਜੈਸੇ ਬ੍ਰਾਹਮਣ ਵੇਦ ਵੀ ਹੋਣਾ, ਕਹਿੰਦੇ ਜਿਹਨੂੰ ਵੇਦ ਹੀ ਨਹੀਂ ਆਉਂਦਾ, ਵੇਦ ਪ੍ਰਾਣ ਨਹੀਂ ਆਉਂਦੇ, ਜਿਹਨੂੰ ਪੜ੍ਹਨਾ ਨਹੀਂ ਆਉਂਦਾ, ਜਿਹੜਾ ਧਾਰਮਿਕ ਗ੍ਰੰਥ ਹੈ ਵੇਦ ਪ੍ਰਾਣ ਨੂੰ ਪੜ੍ਹਨੇ ਨਹੀਂ ਆਉਂਦੇ, ਤਾਂ ਫਿਰ ਉਸ ਤੋਂ ਬਿਨਾਂ ਕਹਿੰਦੇ ਜਿਹਨੂੰ ਗਿਆਨ ਹੀ ਨਹੀਂ ਹੈ ਉਹ ਵੀ ਵਿਅਰਥ ਹੈ। ਕਿ ਜਿਵੇਂ ਬ੍ਰਾਹਮਣ ਵੇਦਾਂ ਦੇ ਗਿਆਨ ਤੋਂ ਬਿਨਾਂ ਵਿਅਰਥ ਹੈ, ਤੈਸੋ ਪ੍ਰਾਣੀ ਤੁਝ ਨਾਮ ਬਿਨਾਂ, ਉਸੇ ਪ੍ਰਕਾਰ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੀਵ ਦਾ ਮਨੁੱਖਾ ਜਨਮ ਵਿਅਰਥ ਹੈ। ਬੇਸਵਾ ਕੂ ਸੁਤ ਕਾਕੂ ਕਹੀਏ ਤੈਸੋ ਭਗਤ ਜਨ ਰਾਮ ਬਿਨਾਂ। ਜਿਵੇਂ ਕਹਿੰਦੇ ਬੇਸਵਾ ਦੇ ਪੁੱਤ ਨੂੰ ਕੋਈ ਨਾਂ ਨਹੀਂ ਦਿੱਤਾ ਜਾ ਸਕਦਾ, ਕਿ ਜਿਹੜੀ ਬੇਸ਼ਾ ਹੁੰਦੀ ਹੈ ਕਹਿੰਦੇ ਉਹਦੇ ਪੁੱਤ ਨੂੰ ਕੋਈ ਵੀ ਆਪਣਾ ਪੁੱਤ ਨਹੀਂ ਆਖਦਾ, ਕਿ ਉਹਨੂੰ ਉਹਦਾ ਪਤਾ ਨਹੀਂ ਹੁੰਦਾ ਵੀ ਉਹਦਾ ਪਿਤਾ ਕਿਹੜਾ ਹੈ। ਔਰ ਸਤਿਗੁਰੂ ਜੀ ਕਹਿੰਦੇ ਉਸ ਨੂੰ ਕੋਈ ਵੀ ਉਸਦੇ ਪੁੱਤ ਨੂੰ ਕੋਈ ਨਾਂ ਨਹੀਂ ਦਿੱਤਾ ਜਾ ਸਕਦਾ। ਇਸ ਪ੍ਰਕਾਰ ਪ੍ਰਭੂ ਤੋਂ ਬਿਨਾਂ ਜੀਵ ਨੂੰ ਵੀ ਬਿਨਾਂ ਕੋਈ ਨਾਮ ਨਹੀਂ ਦਿੱਤਾ ਜਾ ਸਕਦਾ। ਮੰਤਰ ਸੁਰਤ ਬਿਨ ਨਾਰੀ ਕੰਤ ਬਿਨ ਜੈਸੋ ਧਰਤੀ ਇੰਦਰ ਬਿਨਾਂ, ਜਿਉਂ ਬਿਰਛਾ ਵੱਲ ਵੀ ਹੋਣਾ ਤਿਉਂ ਪ੍ਰਾਣੀ ਤੁਝ ਪ੍ਰੇਮ ਬਿਨਾਂ। ਹੁਣ ਸਤਿਗੁਰ ਜੀ ਕਹਿੰਦੇ ਉਦਾਹਰਣਾਂ ਸਾਨੂੰ ਦੇ ਕੇ ਸਮਝਾ ਰਹੇ ਹਨ, ਉਦਾਹਰਣਾਂ ਵੀ ਦੇਖੋ ਕਿੰਨੀਆਂ ਸੋਹਣੀਆਂ ਸੋਹਣੀਆਂ ਸਮਝਾ ਰਹੇ ਆ ਕਿ ਭਾਈ ਹਾਲੇ ਵੀ ਤੁਹਾਡੇ ਕੋਲ ਸਮਾਂ ਹੈ, ਜੇਕਰ ਤੁਸੀਂ ਸਮਝ ਸਕਦੇ ਹੋ ਤਾਂ ਸਮਝ ਜਾਵੋ। ਜਿਵੇਂ ਮੰਤਰ ਸੁਰਤ ਤੋਂ ਬਿਨਾਂ, ਇਸਤਰੀ ਪਤੀ ਤੋਂ ਬਿਨਾਂ,
ਕਹਿੰਦੇ ਇੱਕ ਲੜਕੀ, ਕੁਆਰੀ ਲੜਕੀ, ਭਾਵੇਂ ਸਾਰੀ ਉਮਰ ਆਰ ਸ਼ਿੰਗਾਰ ਕਰੀ ਜਾਵੇ, ਕਿ ਇੱਕ ਲੜਕੀ ਜੋ ਕੁਆਰੀ ਲੜਕੀ ਹੈ, ਕਹਿੰਦੇ ਭਾਵੇਂ ਬੁਢਾਪੇ ਤੱਕ ਵੀ ਪਹੁੰਚ ਜਾਵੇ, ਆਖਰੀ ਸਾਹਾਂ ਤੱਕ ਵੀ ਪਹੁੰਚ ਜਾਵੇ, ਜੇਕਰ ਉਸਦਾ ਪਤੀ ਨਹੀਂ ਹੈ ਤਾਂ ਉਸਦਾ ਆਰ ਸ਼ਿੰਗਾਰ ਕਿਸੇ ਕੰਮ ਦਾ ਨਹੀਂ ਹੈ। ਉਹ ਸੁਹਾਗਣ ਨਹੀਂ ਕਹਾ ਸਕਦੀ। ਸੁਹਾਗਣ ਕਦੋਂ ਕਹਾਉਂਦੀ ਹੈ? ਜਦੋਂ ਉਸਦਾ ਪਤੀ ਉਸਦੇ ਨਾਲ ਰਹਿੰਦਾ ਹੈ। ਨਹੀਂ ਤਾਂ ਆਪਾਂ ਦੇਖਦੇ ਨਾ ਕਿ ਜਿਹੜੀ ਔਰਤ ਦਾ ਪਤੀ ਨਹੀਂ ਹੁੰਦਾ, ਭਾਵ ਕਿ ਜਿਹਦੀ ਮੌਤ ਹੋ ਜਾਂਦੀ ਉਹਨੂੰ ਵਿਧਵਾ ਕਹਿ ਦਿੱਤਾ ਜਾਂਦਾ ਹੈ, ਅਤੇ ਜਿਹਦਾ ਪਤੀ ਨਾਲ ਨਹੀਂ ਰਹਿੰਦਾ ਭਾਵ ਕਿ ਛੱਡ ਦਿੱਤਾ ਜਾਂਦਾ, ਉਹਨੂੰ ਕਹਿ ਦਿੰਦੇ ਆ ਕਿ ਭਾਈ ਆਪਣੇ ਪਤੀ ਨੂੰ ਛੱਡ ਕੇ ਜਾਂ ਇਹਦਾ ਛੱਡ ਛਡਾਈਆ ਹੋਇਆ ਹੈ। ਸਤਿਗੁਰੂ ਜੀ ਕਹਿੰਦੇ ਪਤੀ ਤੋਂ ਬਗੈਰ, ਜਿਵੇਂ ਇਸਤਰੀ ਪਤੀ ਤੋਂ ਬਿਨਾਂ ਧਰਤੀ ਮੀਂਹ ਬਿਨਾਂ, ਕਿ ਜੇ ਧਰਤੀ 'ਤੇ ਮੀਂਹ ਨਾ ਪਵੇ ਤਾਂ ਗੁਰੂ ਪਿਆਰੀ ਸਾਧ ਸਿੰਘ ਜੀ ਹਾਹਾਕਾਰ ਪੈ ਜਾਵੇ, ਗਰਮੀ ਇੰਨੀ ਕੁ ਹੋ ਜਾਵੇ ਕਿ ਇਨਸਾਨ ਦਾ, ਜੀਵ ਦਾ ਰਹਿਣਾ ਬਹੁਤ ਮੁਸ਼ਕਲ ਹੋ ਜਾਵੇਗਾ। ਕਿ ਜੇਕਰ ਮੀਂਹ ਨਹੀਂ ਨਾ ਪੈਂਦਾ, ਹੁਣ ਆਪਾਂ ਦੇਖਦੇ ਨਾ ਗਰਮੀਆਂ ਦੇ ਵਿੱਚ ਆਪਾਂ ਕਿਵੇਂ ਅਰਦਾਸਾਂ ਕਰਦੇ ਕਿ ਪਰਮਾਤਮਾ ਮੀਂਹ ਪਾ ਦੇ। ਹੁਣ ਵੀ ਆਪਾਂ ਕਹਿ ਦਿੰਦੇ ਹਾਂ ਕਿ ਭਾਈ ਗਰਮੀ ਬਹੁਤ ਹੋ ਗਈ, ਅੱਜ ਕਿਤੇ ਮੀਂਹ ਪੈ ਜਾਵੇ ਤਾਂ ਸਾਨੂੰ ਠੰਡਕ ਥੋੜ੍ਹੀ ਜਿਹੀ ਮਿਲ ਜਾਵੇ, ਕਿ ਸਾਡੇ ਸਰੀਰ ਨੂੰ ਠੰਡਕ ਮਿਲ ਜਾਵੇ, ਅਤੇ ਇਸ ਤਰ੍ਹਾਂ ਆਪਾਂ ਅਰਦਾਸਾਂ ਬੇਨਤੀਆਂ ਕਰਦੇ। ਜਿਵੇਂ ਜਿਉਂ ਵਿਰਸ਼ਾ ਫਲ ਵੀ ਹੋਣਾ, ਹੁਣ ਆਪਾਂ ਦਰੱਖਤ ਲਾਉਂਦੇ ਹਾਂ, ਬੂਟਾ ਲਾਉਂਦੇ ਹਾਂ, ਘਰ ਦੇ ਵਿੱਚ ਫਲ ਵਾਲਾ ਬੂਟਾ ਲਾ ਦਿੱਤਾ, ਕਹਿੰਦੇ ਬੂਟਾ ਛੋਟੇ ਤੋਂ ਲੈ ਕੇ ਆਪਾਂ ਪਾਲਦੇ ਉਹਨੂੰ, ਜਦੋਂ ਪਾਲਦੇ ਹਾਂ ਵੱਡਾ ਹੋ ਜਾਂਦਾ ਹੈ, ਜਦੋਂ ਵੱਡਾ ਹੋ ਜਾਂਦਾ ਜੇ ਉਹਨੂੰ ਫਲ ਹੀ ਨਾ ਲੱਗੇ ਤਾਂ ਫਿਰ ਆਪਾਂ ਕੀ ਕਰਾਂਗੇ? ਕਹਿੰਦੇ ਆਪਾਂ ਉਸਨੂੰ ਕਹਿੰਦੇ ਇੱਕ ਸਾਲ, ਦੋ ਸਾਲ, ਤਿੰਨ ਸਾਲ ਦੇਖਾਂਗੇ, ਚੌਥੇ ਸਾਲ ਆਪਾਂ ਉਸਨੂੰ ਵੱਢ ਕੇ ਪਰੇ ਕਰ ਦੇਣਾ, ਨਵਾਂ ਬੂਟਾ ਲਾ ਲਵਾਂਗੇ। ਜੇ ਹੁਣ ਕਿਸਾਨ ਫਸਲ ਬੀਜਦਾ ਹੈ, ਜੇ ਕਿਸਾਨ ਫਸਲ ਬੀਜਦਾ ਹੈ ਤਾਂ ਜੇ ਫਸਲ ਨੂੰ ਦਾਣਾ ਹੀ ਨਾ ਹੋਵੇ, ਭਾਵ ਕਿ ਕਣਕ ਬੀਜੀ ਕਿਸਾਨ ਨੇ, ਕਣਕ ਨੂੰ ਦਾਣੇ ਹੀ ਨਾ ਪੈਣ ਤਾਂ ਫਿਰ ਉਸਦੀ ਕਣਕ ਦਾ ਬੀਜਿਆਂ ਦਾ ਵੀ ਕੋਈ ਫਾਇਦਾ ਨਹੀਂ ਹੋਣਾ। ਜਿਵੇਂ ਜੇ ਝੋਨਾ ਬੀਜੇ, ਝੋਨੇ ਨੂੰ ਦਾਣੇ ਹੀ ਨਾ ਪੈਣ, ਚੌਲ ਝੋਨਾ ਹੀ ਨਾ ਲੱਗੇ ਤਾਂ ਗੁਰੂ ਪਿਆਰੀ ਸਾਧ ਸਿੰਘ ਫਿਰ ਝੋਨਾ ਲਗਾਉਣ ਦਾ ਵੀ ਕਿਸਾਨ ਨੂੰ ਕੋਈ ਫਾਇਦਾ ਨਹੀਂ ਹੋਣਾ। ਇਸੇ ਕਹਿੰਦੇ ਜਿਹੜਾ ਇਹ ਮਨੁੱਖਾ ਜਨਮ, ਅਨਮੋਲ ਜਨਮ ਮਿਲਿਆ ਹੈ, ਇਸਦਾ ਪਾਰ ਉਤਾਰਾ ਤਾਂ ਹੀ ਹੋਣਾ ਹੈ ਜਦੋਂ ਅਸੀਂ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰਦੇ ਹਾਂ। ਔਰ ਸਤਿਗੁਰ ਅਰਦਾਸ ਮਾਰੇ ਕਹਿੰਦੇ ਤੂੰ ਪ੍ਰਾਣੀ ਤੁਝ ਪ੍ਰੇਮ ਬਿਨਾਂ, ਕਿ ਇਸ ਤਰ੍ਹਾਂ ਜੀ ਪ੍ਰਭੂ ਪ੍ਰੇਮ ਤੋਂ ਬਿਨਾਂ ਅਧੂਰਾ ਹੈ। ਹੁਣ ਆਪਾਂ ਆਪਣੇ ਘਰ ਦੀ ਗੱਲ ਕਰ ਲਈਏ, ਜੇਕਰ ਪਰਿਵਾਰ ਦੇ ਵਿੱਚ ਪਿਆਰ ਹੈ, ਸਬਰ ਸੰਤੋਖ ਹੈ, ਸੱਤਿਆ ਸੰਤੋਖ ਹੈ, ਤਾਂ ਗੁਰੂ ਪਿਆਰੀ ਸਾਹਿਬ ਜੀ ਘਰ ਦੇ ਵਿੱਚ ਕਹਿੰਦੇ ਭਾਵੇਂ ਗਰੀਬੀ ਵੀ ਹੋਵੇ ਉਹ ਵੀ ਕੱਟੀ ਜਾ ਸਕਦੀ ਹੈ, ਕਿ ਜੇਕਰ ਘਰ ਦੇ ਵਿੱਚ ਗਰੀਬੀ ਹੋਵੇ ਤਾਂ ਉਹ ਵੀ ਕੱਟੀ ਜਾ ਸਕਦੀ ਹੈ, ਅਤੇ ਜੇ ਘਰ ਦੇ ਵਿੱਚ ਭਾਵੇਂ ਸਾਡੇ ਤੋਂ ਧਨ ਦੌਲਤ ਜਿੰਨੀ ਮਰਜ਼ੀ ਹੋਵੇ, ਅਤੇ ਜੇ ਪਰਿਵਾਰ ਦੇ ਮੈਂਬਰ ਇੱਕ ਦੂਸਰੇ ਨੂੰ ਖਾਉਂ ਵੱਡੂ ਕਰਦੇ ਹੋਣ, ਲੜਦੇ ਹੀ ਹੋਣ, ਜਦੋਂ ਰੋਟੀ ਖਾਣੀ, ਖਾਣਾ ਖਾਣ ਲੱਗਿਆਂ ਲੜ ਪੈਣ,
ਤਾਂ ਗੁਰੂ ਪੈਰੀ ਸਾਧ ਸੰਗਤ ਜੀ ਉਹ ਫਿਰ ਜਿਹੜਾ ਮਨ ਹੈ ਉਹ ਹਮੇਸ਼ਾ ਦੁਖੀ ਰਹਿੰਦਾ ਹੈ। ਤਾਂ ਫਿਰ ਜੀਵ ਕਹਿੰਦਾ ਇਹੋ ਜਿਹੇ ਪਰਿਵਾਰ ਨੂੰ ਛੱਡ ਕੇ ਕਿਤੇ ਚਲਾ ਜਾਵੇ। ਆਪਾਂ ਕਈ ਵਾਰ ਦੇਖਦੇ ਜੇ ਕਿਤੇ ਇੱਦਾਂ ਹੁੰਦੀ ਹੈ ਤਾਂ ਜੀਵ ਦਾ ਮਨ ਕਰਦਾ ਕਿ ਮੈਂ ਸਭ ਕੁਝ ਛੱਡ ਕੇ ਚਲਾ ਜਾਵਾਂ। ਸਤਿਗੁਰੂ ਜੀ ਕਹਿੰਦੇ ਇਸੇ ਤਰ੍ਹਾਂ ਜੀਵ ਦੀ ਹਾਲਤ ਹੈ ਪਰਮਾਤਮਾ ਦੇ ਨਾਮ ਤੋਂ ਬਿਨਾਂ। ਕਾਮ ਕ੍ਰੋਧ ਹੰਕਾਰ ਨਿਵਾਰਿਓ ਤ੍ਰਿਸ਼ਨਾ ਤਿਆਗੋ ਸੰਤ ਜਨਾ ਕਹਿ ਰਵਿਦਾਸ ਪਏ ਸੀਤਲ ਕਾਇਆ ਜਿਉਂ ਹੋ ਲਾਗੋ ਗੁਰਚੰਨ। ਕਿ ਹੇ ਭਾਈ ਸੰਤ ਜਨਾਂ ਦੇ ਪਾਸ ਜਾ ਕੇ ਕਿ ਸੰਤ ਜਨਾਂ ਦੇ ਪਾਸ ਜਾ ਕੇ ਹੁਣ ਪਾਸ ਕਦੋਂ ਜਾਣਾ ਆਪਾਂ ਕਿੱਦਾਂ ਜਾਂਦੇ ਹਾਂ ਕਿ ਜਦੋਂ ਸਤਸੰਗ ਦੇ ਵਿੱਚ ਸਾਨੂੰ ਬਹਿਣ ਦਾ ਮੌਕਾ ਮਿਲੇ। ਤੂੜ ਸੰਤ ਕੇ ਚਰਨ ਕੀ ਸੋਈ ਸ੍ਰੇਸ਼ਟ ਹੈ ਗੰਗ ਪਾਪਾਂ ਕੀ ਮਲ ਉਤਰੇ ਚੜ੍ਹੇ ਨਾਮ ਕਾ ਰੰਗ। ਸਤਿਗੁਰੂ ਜੀ ਬਖਸ਼ਿਸ਼ ਕਰਦੇ ਕਿ ਸਾਨੂੰ ਕਿਤੇ ਸੰਤਾਂ ਦੇ ਚਰਨਾਂ ਦੇ ਵਿੱਚ ਬਹਿ ਕੇ ਉਹਨਾਂ ਦੇ ਅਨਮੋਲ ਬਚਨ ਉਹਨਾਂ ਦਾ ਸਤਸੰਗ ਸਾਨੂੰ ਸੁਣਨ ਨੂੰ ਮਿਲੇ ਉਹ ਸਾਡੇ ਹਿਰਦੇ ਦੇ ਵਿੱਚ ਬੈਠ ਜਾਵੇ। ਅਤੇ ਕਹਿੰਦੇ ਉਹ ਗੰਗਾ ਦੇ ਵਿੱਚ ਨਹਾਉਣ ਦੇ ਨਾਲੋਂ ਜ਼ਿਆਦਾ ਪਵਿੱਤਰ ਹੈ। ਭਾਵ ਕਿ ਸਾਨੂੰ ਕਿਤੇ ਸੰਤਾਂ ਦੇ ਚਰਨਾਂ ਦੀ ਧੂੜ ਮਿਲ ਜਾਵੇ। ਧੂੜ ਕਿਹੜੀ ਹੈ ਕਿ ਸੰਤਾਂ ਦੇ ਚਰਨਾਂ ਦੇ ਵਿੱਚ ਬਹਿ ਕੇ ਸਾਨੂੰ ਕਿਤੇ ਸਤਸੰਗ ਸੁਣਨ ਦਾ ਮੌਕਾ ਮਿਲ ਜਾਵੇ। ਜਦੋਂ ਮੌਕਾ ਮਿਲਣਾ ਫਿਰ ਸਾਨੂੰ ਬਚਨ ਸੁਣਨੇ ਆ। ਜਦੋਂ ਬਚਨ ਸੁਣਦੇ ਹਾਂ ਸਾਡੇ ਹਿਰਦੇ ਦੇ ਵਿੱਚ ਵੱਸ ਗਏ ਤਾਂ ਗੁਰੂ ਪਿਆਰੇ ਸਾਧ ਸੰਗਤ ਜੀ ਸਤਿਗੁਰ ਰਵਿਦਾਸ ਮਹਾਰਾਜ ਫਰਮਾਉਂਦੇ ਕਿ ਉਹ ਗੰਗਾ ਦੇ ਵਿੱਚ ਨਹਾਉਣ ਦੇ ਨਾਲੋਂ ਜ਼ਿਆਦਾ ਪਵਿੱਤਰ ਹੈ। ਔਰ ਗੁਰੂ ਪਿਆਰੇ ਸਾਧ ਸੰਗਤ ਜੀ ਕਹਿੰਦੇ ਗੰਗਾ ਦੇ ਵਿੱਚ ਨਹਾਉਣ ਦੇ ਨਾਲ ਤਨ ਦੀ ਮੈਲ ਤਾਂ ਉਤਰ ਸਕਦੀ ਹੈ ਪਰ ਜਿਹੜੇ ਸੰਤਾਂ ਦੇ ਬਚਨ ਹਨ ਕਹਿੰਦੇ ਉਹ ਸਾਡੇ ਤਨ ਦੀ ਮੈਲ ਵੀ ਲਾਉਂਦੇ ਤਾਂ ਮਨ ਦੀ ਮੈਲ ਵੀ ਲਾ ਦਿੰਦੇ ਹਨ। ਕਿ ਸਤਸੰਗ ਦਾ ਸਰੋਵਰ ਚੱਲਦਾ ਜਨਮਾਂ ਦੀਆਂ ਮੈਲਾਂ ਧੋਵੇ। ਕਿ ਜਦੋਂ ਸਤਸੰਗ ਦਾ ਸਰੋਵਰ ਚੱਲਦਾ ਆ ਉਹ ਕਹਿੰਦੇ ਇੱਕ ਜਨਮ ਦੇ ਨਹੀਂ ਕਈ ਕਈ ਜਨਮਾਂ ਦੀਆਂ ਮੈਲਾਂ ਧੋ ਦਿੰਦਾ ਹੈ। ਕਿ ਬਹੁਤ ਜਨਮ ਵਿਛੜੇ ਤੇ ਮਾਦੋ ਇਹ ਜਨਮ ਤੁਮਾਰੇ ਲਿਖਿਆ। ਸਤਿਗੁਰ ਰਵਿਦਾਸ ਮਹਾਰਾਜ ਫਰਮਾਉਂਦੇ ਕਿ ਬਹੁਤ ਜਨਮਾਂ ਤੋਂ ਜੀਵ ਜਿਹੜਾ ਵਿਛੜਿਆ ਹੋਇਆ ਪਰਮਾਤਮਾ ਤੇਰੇ ਕੋਲੋਂ ਇਹ ਜਨਮ ਅਨਮੋਲ ਜਨਮ ਮਨੁੱਖਾ ਜਨਮ ਮਿਲਿਆ ਹੈ ਇਹ ਤੇਰੇ ਲੇਖੇ ਲੱਗ ਜਾਵੇ ਤਾਂ ਸਾਡਾ ਜੀਵਨ ਸਫਲਾ ਹੋ ਜਾਵੇ। ਕਹਿੰਦੇ ਜਦੋਂ ਸੰਤਾਂ ਦੇ ਪਾਸ ਜਾਣਾ ਹੈ ਸੰਤ ਜਾਣਾ ਕੇ ਪਾਸ ਜਾ ਕੇ ਕਾਮ ਕ੍ਰੋਧ ਹੰਕਾਰ ਅਤੇ ਤ੍ਰਿਸ਼ਨਾਵਾਂ ਦਾ ਤਿਆਗ ਕਰੋ। ਸਤਿਗੁਰ ਰਵਿਦਾਸ ਮਹਾਰਾਜ ਉਚਾਰਨ ਕਰਦੇ ਹਨ ਕਿ ਉਸ ਸਮੇਂ ਜੀਵ ਦੀ ਕਾਇਆ ਪਵਿੱਤਰ ਹੋ ਜਾਂਦੀ ਹੈ ਜਦੋਂ ਇਹ ਗੁਰੂ ਦੇ ਚਰਨਾਂ ਦੇ ਨਾਲ ਸਾਡੀ ਰੂਹ ਲੱਗਦੀ ਹੈ। ਕਿ ਸਾਡੀ ਜਿਹੜੀ ਰੂਹ ਪਵਿੱਤਰ ਹੋ ਜਾਂਦੀ ਹੈ ਸਾਡੀ ਕਾਇਆ ਸਾਡਾ ਸਭ ਕੁਝ ਬਦਲ ਜਾਂਦਾ ਹੈ। ਇਸੇ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਕਹਿੰਦੇ ਕਿ ਸਾਨੂੰ ਹਮੇਸ਼ਾ ਗੁਰੂ ਚਰਨਾਂ ਦੇ ਨਾਲ ਜੁੜ ਕੇ ਰਹਿਣਾ ਚਾਹੀਦਾ ਹੈ। ਗੁਰੂ ਵਾਲੇ ਬਣ ਕੇ ਗੁਰੂ ਤੋਂ ਨਾਮ ਸ਼ਬਦ ਲੈ ਕੇ ਜਾਪ ਜਪੋ ਤੁਮ ਨਾਮਕਾ ਕਰ ਸਤਿਗੁਰ ਕੀ ਸੇਵ ਗਾਵਤ ਹਿਰਦੇ ਨਾਮ ਕੈ ਬੂਝਤ ਨਿਜ ਗੁਰਦੇਵ
ਨਾਮ ਸਤੇ ਸੰਸਾਰ ਮੈਂ ਪਦਾਰਥ ਝੂਠ ਸਨੇਵ ਦੁਬਦਾ ਅੰਤਰ ਕੀ ਤਜੇ ਨਿਤ ਸਤ ਸੰਗ ਕਰੇਵ ਕਿ ਨਿਤ ਸਤ ਸੰਗ ਕਰੇਵ ਕਿ ਹਰ ਰੋਜ਼ ਸਾਨੂੰ ਸਤਸੰਗ ਕਰਨਾ ਚਾਹੀਦਾ ਹੈ। ਜਾਪ ਜਪੋ ਤੁਮ ਨਾਮਕਾ ਕਿ ਜਾਪ ਕਹਿੰਦੇ ਜਿਹੜਾ ਸਾਨੂੰ ਨਾਮ ਸਿਮਰਨ ਦਿੱਤਾ ਹੈ ਉਹਦਾ ਜਾਪ ਕਰਨਾ ਹੈ। ਕਰ ਸਤਿਗੁਰੂ ਕੀ ਸੇਵ ਕਹਿੰਦੇ ਫਿਰ ਆਪਣੇ ਸਤਿਗੁਰ ਦੀ ਸੇਵਾ ਜੇ ਕਰਨੀ ਹੈ ਤਾਂ ਜਾਪ ਜਪਣਾ ਚਾਹੀਦਾ, ਨਾਮ ਸਿਮਰਨ ਸਾਨੂੰ ਕਰਨਾ ਚਾਹੀਦਾ ਹੈ। ਜਾਪ ਜਪੋ ਤੁਮ ਨਾਮਕਾ ਕਰ ਸਤਿਗੁਰ ਕੀ ਸੇਵ ਗਾਵਤ ਹਿਰਦੇ ਨਾਮ ਕਹਿ ਬੂਹ ਜਿਤਨ ਜਗੁਰਦੇਵ। ਨਾਮ ਸਤੇ ਸੰਸਾਰ ਮੈਂ ਕਹਿੰਦੇ ਕਿ ਨਾਮ ਹੀ ਹੈ ਜਿਹੜਾ ਸੱਚ ਹੈ ਇਸ ਸੰਸਾਰ ਦੇ ਵਿੱਚ। ਨਾਮ ਸਤੇ ਸੰਸਾਰ ਮੈਂ ਪਦਾਰਥ ਝੂਠ ਸਨੇ ਕਿ ਸਾਰੇ ਪਦਾਰਥ ਝੂਠ ਹੈ, ਇੱਕ ਕੇਵਲ ਔਰ ਕੇਵਲ ਸੱਚੇ ਸਤਿਗੁਰ ਪਰਮਾਤਮਾ ਦਾ ਨਾਮ ਸੱਚਾ ਹੈ। ਜੇਕਰ ਜੀ ਪਰਮਾਤਮਾ ਦਾ ਨਾਮ ਜਪਦਾ ਹੈ ਤਾਂ ਗੁਰੂ ਪਿਆਰੇ ਸਾਧ ਸਿੰਘ ਜੀ ਉਹਦਾ ਜੀਵਨ ਸਫਲ ਹੈ। ਜੇ ਨਾਮ ਨਹੀਂ ਜਪਦਾ ਤਾਂ ਫਿਰ ਕਹਿੰਦੇ ਉਹਦਾ ਜੀਵਨ ਤ੍ਰਿਗ ਤ੍ਰਿਗ ਜੀਵਨ ਰਾਜੇ ਰਾਮ ਬਿਨਾ, ਕਿ ਐਸੇ ਜੀਵਨ ਜਿਹੜਾ ਆ ਉਹ ਬੇਕਾਰ ਹੈ, ਕਿਸੇ ਕੰਮ ਦਾ ਨਹੀਂ। ਕਈ ਵਾਰ ਆਪਣੇ ਆਪਾਂ ਬੱਚਿਆਂ ਨੂੰ ਕਹਿੰਦੇ ਜਾਂ ਕੋਈ ਬੰਦਾ ਇੱਦਾਂ ਦਾ ਵੀ ਹੁੰਦਾ ਉਹ ਤੇਰਾ ਕਹਿਣਾ ਜੀਵਨ ਕਾਹਦਾ ਹੈ, ਕਹਿਣਾ ਕਾਹਦਾ ਤੇਰਾ ਜੀਵਨ ਹੈ, ਕਿਸੇ ਕੰਮ ਦਾ ਹੀ ਨਹੀਂ ਹੈਗਾ। ਆਪਾਂ ਬਹੁਤ ਵਾਰੀ ਜ਼ਿੰਦਗੀ 'ਚ ਇਹ ਸਵਾਲ ਕਿਸੇ ਨੂੰ ਕਰਦੇ ਦੇਖਦੇ ਹਾਂ ਜਾਂ ਕੀਤਾ ਹੁੰਦਾ ਹੈ, ਕਿਉਂਕਿ ਜਿਹੜਾ ਕੰਮ ਦਾ ਹੀ ਨਾ ਹੋਵੇ ਫਿਰ ਇਹ ਗੱਲ ਆ ਜਾਂਦੀ ਹੈ। ਇਸ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾ ਰਹੇ ਹੈ ਕਿ ਭਾਈ ਜਿਵੇਂ ਚੰਨ ਰਾਤ ਤੋਂ ਬਿਨਾਂ ਇਹ ਸਾਡੀਆਂ ਜਿਹੜੀਆਂ ਦੇਹ ਹੈ, ਸਾਡਾ ਸਰੀਰ ਹੈ, ਅੱਖਾਂ ਤੋਂ ਬਗੈਰ ਸਾਡੀਆਂ ਭਾਵ ਕਿ ਅੱਖਾਂ ਹੀ ਨਹੀਂ ਹਨ, ਭਾਵ ਕਿ ਸਾਨੂੰ ਦਿਖਦਾ ਹੀ ਨਹੀਂ ਹੈ, ਤਾਂ ਫਿਰ ਸਾਡਾ ਜੀਵਨ ਕਿਹੋ ਜਿਹਾ ਹੋਣਾ ਹੈ। ਇਸ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਕਹਿੰਦੇ ਭਾਈ ਤੇਰਾ ਜੀਵਨ ਇਹੋ ਜਿਹਾ ਹੋਣਾ ਹੈ ਕਿ ਜਿਹੜਾ ਪਰਮਾਤਮਾ ਦੇ ਨਾਮ ਤੋਂ ਬਿਨਾਂ ਇਹ ਤੇਰਾ ਜੀਵਨ ਕਿਸੇ ਕੰਮ ਦਾ ਨਹੀਂ ਹੈ। ਇਸ ਕਰਕੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਫਰਮਾਉਂਦੇ ਕਿ ਭਾਈ ਹਮੇਸ਼ਾ ਪਰਮਾਤਮਾ ਦਾ ਨਾਮ ਜਪ ਕੇ ਗੋਬਿੰਦੇ ਪੌਜਲ ਵਿਆਦ ਅਪਾਰਾ ਤਾਂ ਤੈ ਕੁਛ ਸੂਝਤ ਵਾਰ ਨਾ ਪਾਰਾ, ਕਿ ਹੇ ਪ੍ਰਭੂ ਜੀ ਸੰਸਾਰ ਰੂਪੀ ਭਵ ਸਾਗਰ ਬੇਅੰਤ ਦੁੱਖਾਂ ਨਾਲ ਭਰਿਆ ਹੋਇਆ ਹੈ, ਇਸ ਲਈ ਜੀਵ ਨੂੰ ਭਵ ਸਾਗਰ ਪਾਰ ਕਰਨ ਦੀ ਕੋਈ ਸੋਝੀ ਨਹੀਂ ਹੈ। ਸੋਝੀ ਕਦੋਂ ਮਿਲਣੀ ਹੈ? ਜਦੋਂ ਸਤਸੰਗ ਦੇ ਵਿੱਚ ਜੀਵ ਆਉਂਦਾ ਹੈ। ਇਸ ਕਰਕੇ ਹਮੇਸ਼ਾ ਨਿਤ ਸਤਸੰਗ ਕਰੇਵ। ਸਤਿਗੁਰ ਰਵਿਦਾਸ ਮਹਾਰਾਜ ਕਹਿੰਦੇ ਸਾਨੂੰ ਸਤਸੰਗ ਹਰ ਰੋਜ਼ ਕਰਨਾ ਚਾਹੀਦਾ ਹੈ, ਹਮੇਸ਼ਾ ਗੁਰੂ ਚਰਨਾਂ ਦੇ ਵਿੱਚ ਜੁੜ ਕੇ ਪਰਮਾਤਮਾ ਦਾ ਨਾਮ ਸਿਮਰਨ ਕਰਕੇ ਆਪਣਾ ਜੀਵਨ ਸਫਲਾ ਕਰਨਾ ਚਾਹੀਦਾ ਹੈ, ਤਾਂ ਜੋ ਹਮੇਸ਼ਾ ਗੁਰੂ ਚਰਨਾਂ ਨਾਲ ਜੁੜ ਕੇ ਅਸੀਂ ਉਸ ਪਰਮਾਤਮਾ ਦਾ ਨਾਮ ਸਿਮਰਨ ਕਮਾਈ ਕਰ ਸਕੀਏ। ਹਰ ਹਰ ਨਾ ਜਪੇ ਰਸਨਾ ਅਵਰ ਸਭ ਛਾੜ ਬਚਨਚਨਾ। ਸਤਿਗੁਰੂ ਜੀ ਫਰਮਾਉਂਦੇ ਐਸੇ ਸੁੱਖਾਂ ਦੇ ਸਮੁੰਦਰ ਪਰਮਾਤਮਾ ਦਾ ਹਰ ਹਰ ਨਾਮ ਰਸਨਾ ਨਾਲ ਇਹ ਜੀਵ ਤੂੰ ਕਿਉਂ ਨਹੀਂ ਜਪਦਾ। ਸਤਿਗੁਰੂ ਜੀ ਸਵਾਲ ਵੀ ਕਰਦੇ ਹਨ ਕਿ ਤੂੰ ਸੰਸਾਰ ਦੀ ਝੂਠੀ ਰਚਨਾ ਅਤੇ ਬਚਨਾ ਨੂੰ ਰਸਨਾ ਤੋਂ ਤਿਆਗ ਕਰਕੇ ਪ੍ਰਭੂ ਦਾ ਸਿਮਰਨ ਕਰ। ਸੋ ਗੁਰੂ ਪਿਆਰੇ ਸਾਧ ਸੰਗਤ ਜੀਓ, ਅੱਜ ਦੇ ਸ਼ਬਦ ਵਿੱਚ
ਧੰਨ ਧੰਨ ਸਤਿਗੁਰ ਰਵਿਦਾਸ ਮਹਾਰਾਜ ਜੀ ਸਾਨੂੰ ਪਰਮਾਤਮਾ ਦੇ ਨਾਮ ਦੇ ਨਾਲ ਜੋੜਦੇ ਹਨ ਔਰ ਸਮਝਾਉਂਦੇ ਹਨ ਕਿ ਭਾਈ ਪਰਮਾਤਮਾ ਦੇ ਨਾਮ ਤੋਂ ਬਿਨਾਂ ਜੀਵ ਦਾ ਜਨਮ ਵਿਅਰਥ ਹੈ। ਜੈ ਗੁਰਦੇਵ। ਜੋ ਬੋਲੇ ਸੋ ਨਿਰਭੈ ਜਗਤ ਗੁਰੂ ਰਵਿਦਾਸ ਮਹਾਰਾਜ ਕੀ ਜੈ।